ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਹੈ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਚੁੱਕੇ ਹੈ, ਥੱਕ ਚੁੱਕੇ ਹੈ, ਕਿਤੋਂ ਵੀ ਠੀਕ ਨਹੀਂ ਹੋ ਰਹੇ, ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹਾਂ। ਸੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਜਿਹੜਾ ਇਹ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗੱਗ ਹੈ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਬਰੇਟਾ ਵੀ ਹੈ, ਸੁਨਾਮ ਵੀ ਹੈ ਅਤੇ ਲਹਿਰਾ ਗੱਗਾ ਵੀ ਹੈ। ਹਰ ਐਤਵਾਰ ਨੂੰ ਤੁਸੀਂ ਮੈਨੂੰ ਮਿਲ ਕੇ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਸੋ ਅੱਜ ਜਿਹੜਾ ਵਿਸ਼ਾ ਹੈ, ਉਹ ਹਰ ਘਰ ਦੇ ਵਿੱਚ ਇੱਕ ਜਾਂ ਦੋ ਦੋ ਮਰੀਜ਼ ਸਭ ਦੇ ਪਏ ਹੈ, ਕਿਉਂਕਿ ਸਾਡਾ ਖਾਣ ਪੀਣ ਇਦਾਂ ਦਾ ਹੋ ਗਿਆ, ਰਹਿਣ ਸਹਿਣ ਇਦਾਂ ਦਾ ਹੋ ਗਿਆ, ਕੰਮ ਨਹੀਂ ਕੋਈ ਕਰਦੇ, ਜਾਂ ਸਿਸਟਮ ਹੀ ਇਦਾਂ ਦਾ ਬਣ ਗਿਆ ਵੀ ਸਾਡੇ ਘਰ 'ਚ ਜੋੜਾਂ ਦੇ ਦਰਦਾਂ ਦੇ ਮਰੀਜ਼ ਹਰ ਘਰ ਦੇ ਵਿੱਚ ਪਏ ਆ। ਸੋ ਜੋੜਾਂ ਦਾ ਦਰਦ ਜਿੱਡਾ ਮਰਜ਼ੀ ਹੈ, ਚਾਹੇ ਤਾਂ ਜੋੜਾਂ ਦੀ ਗਰੀਸ ਬਿਲਕੁਲ ਖਤਮ ਹੋ ਗਈ ਹੋਵੇ, ਹੱਡੀ ਦਾ ਗੈਬ ਹੈ ਜਿਹੜਾ ਉਹ ਜ਼ਿਆਦਾ ਆ ਗਿਆ ਹੋਵੇ, ਹੱਡੀ ਦੇ ਵਿੱਚ ਗੈਬ ਆ ਗਿਆ, ਚਰਬੀ ਖਤਮ ਹੋ ਗਈ ਜਿਹਨੂੰ ਗਰੀਸ ਕਹਿੰਦੇ ਹਾਂ ਆਪਾਂ। ਸੋ ਚਾਹੇ ਜਿੱਡਾ ਮਰਜ਼ੀ ਗਠੀਏ ਦਾ ਰੋਗ ਕਰਕੇ ਮਰੀਜ਼ ਬਿਲਕੁਲ ਆਕੜ ਗਿਆ ਹੋਵੇ, ਮੰਜੀ ਤੇ ਪਿਆ ਹੋਵੇ, ਚਾਹੇ ਜਿੱਡਾ ਮਰਜ਼ੀ ਯੂਰਿਕ ਐਕਸਿਡ ਹੋਵੇ, ਤੇ ਚਾਹੇ ਜਿੱਡੀ ਮਰਜ਼ੀ ਕੈਲਸ਼ੀਅਮ ਦੀ ਕਮੀ ਆਉਣ ਕਰਕੇ ਹੱਡੀਆਂ ਕਮਜ਼ੋਰ ਹੋ ਗਈਆਂ ਹੋਣ, ਜੋੜਾਂ ਦਾ, ਗੋਡਿਆਂ ਦਾ, ਮੋਢਿਆਂ ਦਾ, ਲੱਕ ਦਾ, ਜਿੱਥੇ ਵੀ ਤੁਹਾਡੇ ਸਰੀਰ ਦਾ ਦਰਦ ਹੈ ਜਿਹੜਾ ਇਹ ਜੋੜਾਂ ਦਾ, ਇਹਨੂੰ ਬਿਲਕੁਲ ਖਤਮ ਕਰਨ ਵਾਸਤੇ ਮੈਂ ਇੱਕ ਚਮਤਕਾਰੀ ਇਲਾਜ ਤੁਹਾਡੀ ਝੋਲੀ ਦੇ ਵਿੱਚ ਪਾਉਣ ਲੱਗਿਆ। ਨੋਟ ਕਰ ਲਓ, ਅੱਗੇ ਵੀ ਦੱਸਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ। ਬਾਕੀ ਜਿਹੜੇ ਦਵਾਈ ਨਾ ਬਣਾ ਸਕੇ, ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਨਬਜ਼ ਦਿਖਾ ਕੇ ਆਪਣੇ ਰੋਗ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਮੈਂ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦੇ ਸਕਦਾ, 3 ਮਹੀਨੇ ਦਵਾਈ ਖਵਾ ਦਿਓ, ਜਿੱਡਾ ਮਰਜ਼ੀ ਗਠੀਆ ਹੋਵੇ, ਜਿੱਡਾ ਮਰਜ਼ੀ ਯੂਰਿਕ ਐਕਸਿਡ ਹੋਵੇ, ਜਿੱਡਾ ਮਰਜ਼ੀ ਗਰੀਸ ਹੈ ਜਿਹੜੀ ਉਹ ਖਤਮ ਹੋ ਗਈ ਹੋਵੇ ਗੋਡਿਆਂ ਦੇ ਵਿੱਚ, ਬਿਲਕੁਲ ਬੰਦਾ ਮੰਜੀ ਤੇ ਪਿਆ, ਉਹਨੂੰ 1 ਮਹੀਨੇ 'ਚ ਚੱਲਦਾ ਕਰ ਦਿਆਂਗੇ, 1 ਮਹੀਨੇ 'ਚ ਗੋਡਿਆਂ ਦੀ ਦਰਦ ਖਤਮ ਕਰ ਦਿਆਂਗੇ, 3 ਮਹੀਨੇ ਦਵਾਈ ਖਾਓਗੇ, ਗੋਡਿਆਂ ਦੀ ਗਰੀਸ ਤੁਹਾਡੀ ਦੁਬਾਰੇ ਆ ਜਾਏਗੀ, ਬਦਲਾਉਣ ਦੀ ਲੋੜ ਨਹੀਂ ਪੈਂਦੀ, ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈਂਦੀ। ਗਰੰਟੀ ਮੇਰੇ ਤੋਂ ਸਟਾਮ ਪੇਪਰ ਦੇ ਭਾਵੇਂ ਲਿਖਾ ਕੇ ਲੈ ਲਿਓ, 10 ਲੱਖ ਤੱਕ ਦਾ ਮੈਂ ਇਨਾਮ ਦਊਂਗਾ ਜੇ ਦਵਾਈ ਕੰਮ ਨਾ ਕਰੇ। ਸੋ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਦਵਾਈ ਦਿੰਦੇ ਹਾਂ, ਤੁਸੀਂ ਐਤਵਾਰ ਨੂੰ ਮੈਨੂੰ ਮਿਲ ਕੇ, ਤੁਹਾਨੂੰ ਜਿੱਡੇ ਮਰਜ਼ੀ ਕੋਈ ਹੱਡੀਆਂ ਦੀ ਦਿੱਕਤ ਹੈ, ਤੁਹਾਡੇ ਰੀੜ੍ਹ ਦੀ ਹੱਡੀ 'ਚ ਕੋਈ ਦਿੱਕਤ ਹੈ, ਗੋਡਿਆਂ ਦਾ ਦਰਦ ਹੈ, ਮੋਢਿਆਂ ਦਾ ਦਰਦ ਹੈ, ਲੱਕ ਦਾ ਦਰਦ ਹੈ, ਗਠੀਆ ਹੈ, ਜੁਰਕ ਐਕਸਿਡ ਹੈ, ਗਰੀਸ ਖਤਮ ਹੋ ਗਈ, ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ। ਸੋ ਜਿਹੜੀ ਦਵਾਈ ਆਪਾਂ ਬਣਾਉਂਦੇ ਹਾਂ ਉਹ ਨੋਟ ਕਰ ਲਓ,
ਇਹਦੇ ਵਿੱਚ ਰਸਨਾ ਲੈਣੀ ਹੈ 50 ਗ੍ਰਾਮ, ਅਸ਼ਵਗੰਧਾ ਲੈਣੀ ਹੈ 50 ਗ੍ਰਾਮ, ਹਿੰਗ ਲੈਣੀ ਹੈ ਸ਼ੁੱਧ ਕੀਤੀ ਹੋਈ 50 ਗ੍ਰਾਮ, ਬਚ ਲੈਣਾ 50 ਗ੍ਰਾਮ, ਛਿੱਤਰਾ 50 ਗ੍ਰਾਮ, ਜਵੈਣਾ ਚਾਰੇ 50-50 ਗ੍ਰਾਮ, ਵਾਓਵੜਿੰਗ 50 ਗ੍ਰਾਮ, ਤਿਰਵੀ 50 ਗ੍ਰਾਮ, ਭੜਿੰਗ 50 ਗ੍ਰਾਮ, ਵਾਓਵੜਿੰਗ 50 ਗ੍ਰਾਮ, ਕਾਕੜਾ ਸਿੰਗੀ 50 ਗ੍ਰਾਮ, ਸੰਭਾਲੂ ਦੇ ਬੀਜ 50 ਗ੍ਰਾਮ ਜਾਂ ਪੱਤੇ 50 ਗ੍ਰਾਮ, ਸੁੰਡ 50 ਗ੍ਰਾਮ ਲੈਣੀ ਹੈ, ਸ਼ਤਾਵਰ 50 ਗ੍ਰਾਮ, ਅਕਰਕਰਾ ਇਰਾਨੀ 50 ਗ੍ਰਾਮ, ਮਾਲਕੰਗਣੀ 50 ਗ੍ਰਾਮ, ਕੁੱਠ ਮਿੱਠੀ 50 ਗ੍ਰਾਮ, ਸੋਏ 50 ਗ੍ਰਾਮ, ਪਿਪਲਾ ਮੂਲ 50 ਗ੍ਰਾਮ, ਮਗਾ 50 ਗ੍ਰਾਮ, ਕੌਂਚ ਬੀਜ 50 ਗ੍ਰਾਮ, ਕਾਓ ਫਲ 50 ਗ੍ਰਾਮ, ਛੋਟੀ ਕੰਡਿਆਲੀ 50 ਗ੍ਰਾਮ, ਬ੍ਰਾਹਮਣੀ ਮੁੱਖ ਜਿਹੜਾ ਇਹ ਹੈਗਾ 50 ਗ੍ਰਾਮ, ਚੱਬ 50 ਗ੍ਰਾਮ, ਦੇਵਦਾਰੂ 50 ਗ੍ਰਾਮ, ਚਿੱਟੀ ਸਰੋਂ 50 ਗ੍ਰਾਮ, ਇੰਦਰ ਜੌਂ 50 ਗ੍ਰਾਮ, ਪਤੀਸ 50 ਗ੍ਰਾਮ, ਪਲਾਹਾ ਬੂਟੀ ਹੈ ਜਿਹੜੀ ਹੈ 50 ਗ੍ਰਾਮ, ਸ਼ੁੱਧ ਕੀਤੀ ਹੋਈ ਗੁੱਗਲ 100 ਗ੍ਰਾਮ, ਭੱਖੜਾ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਸ਼ੁੱਧ ਕੀਤਾ ਹੋਇਆ ਕੁਚਲਾ 50 ਗ੍ਰਾਮ, ਸਿੰਗਰ ਭਸਮ 50 ਗ੍ਰਾਮ, ਬੰਗ ਭਸਮ 50 ਗ੍ਰਾਮ, ਅਤੇ ਲੌਂਗ 50 ਗ੍ਰਾਮ, ਅਤੇ ਅੱਗੇ ਲੈਣਾ ਹਾਥੀ ਸੁੰਡੀ 50 ਗ੍ਰਾਮ, ਏਲੂਆ 50 ਗ੍ਰਾਮ, ਅਤੇ ਵਿਧਾਰਾ 50 ਗ੍ਰਾਮ, ਅਤੇ ਜੁੰਦ 50 ਗ੍ਰਾਮ, ਅਤੇ ਮਿੱਠੀਆਂ ਸੁਰੰਜਾਂ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ। ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ, ਇੱਕ ਗਲਾਸ ਦੁੱਧ 'ਚ ਇੱਕ ਚਮਚਾ ਦੇਸੀ ਘਿਓ ਪਾ ਕੇ, ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਗਲਾਸ ਦੁੱਧ 'ਚ ਇੱਕ ਚਮਚਾ ਦੇਸੀ ਘਿਓ ਪਾ ਕੇ, ਦੋ ਟਾਈਮ ਇਹ ਦਵਾਈ ਲੈਣੀ ਹੈ। ਮੈਂ ਦਾਅਵੇ ਨਾਲ ਗਰੰਟੀ ਨਾਲ ਸਟਾਂਪ ਪੇਪਰ 'ਤੇ ਲਿਖਾ ਕੇ ਲੈ ਲਿਓ, ਗੋਡਿਆਂ ਦਾ ਜਿੱਡਾ ਮਰਜ਼ੀ ਦਰਦ ਹੈ, ਮੋਢਿਆਂ ਦਾ ਦਰਦ ਹੈ, ਜੋੜਾਂ ਦਾ ਦਰਦ ਹੈ, ਗੋਡਿਆਂ 'ਚ ਗਰੀਸ ਖਤਮ ਹੋ ਗਈ ਹੈ, ਜੂਰੀ ਹੈ, ਗਠੀ ਹੈ, ਜਿੱਡਾ ਮਰਜ਼ੀ ਰੀੜ੍ਹ ਦੀ ਹੱਡੀ ਦੇ ਵਿੱਚ ਨੁਕਸ ਹੈ, ਤੁਸੀਂ ਇਹਨੂੰ 3 ਮਹੀਨੇ ਮਰੀਜ਼ ਨੂੰ ਖਵਾ ਦਿਓ, ਮੁੜ ਕੇ ਜ਼ਿੰਦਗੀ 'ਚ ਕਦੇ ਪ੍ਰੋਬਲਮ ਨਹੀਂ ਆਈ। ਪਹਿਲੇ ਮਹੀਨੇ 'ਚ ਮੰਜੀ 'ਤੇ ਪਿਆ ਬੰਦਾ ਉਠਾ ਦਿੰਦਾ ਇਹ ਨੁਕਸਾਂ। ਸ਼ਟਾਮ 'ਤੇ ਗਰੰਟੀ 10 ਲੱਖ ਦੀ ਮੇਤੋਂ ਲਿਖਾ ਕੇ ਲੈ ਲਿਓ, ਜੇ ਨਾ ਠੀਕ ਹੋਵੇ ਮਰੀਜ਼ ਤੁਹਾਡਾ। ਬਾਕੀ ਜਿਹੜੇ ਨਹੀਂ ਬਣਾ ਸਕਦੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹੋ। ਹਰ ਐਤਵਾਰ ਨੂੰ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਕਿਉਂਕਿ ਹਰ ਘਰ ਦੇ ਵਿੱਚ ਇਹ ਮਰੀਜ਼ ਨੇ। ਤੁਸੀਂ ਘਰ 'ਚ ਨੁਸਖਾ ਬਣਾ ਲਓ, ਚਾਹੇ ਮੇਤੋਂ ਆ ਕੇ ਐਤਵਾਰ ਨੂੰ ਲੈ ਜਾਓ, ਉਹਦੀ ਸਾਨੂੰ ਕੋਈ ਉਹ ਨਹੀਂ। ਸੋ ਹਰ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ, ਹਰ ਇੱਕ ਦਾ ਭਲਾ ਹੋਣਾ ਚਾਹੀਦਾ। ਤੁਹਾਡਾ ਸਭ ਦਾ ਧੰਨਵਾਦ, ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।